ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਸਾਡਾ ਨਾਮ ਹੁੰਦਾ ਸੀ ਓਮ ਪ੍ਰਕਾਸ਼, ਅਤੇ ਛੋਟੇ ਹੁੰਦਿਆਂ ਜਦੋਂ ਸੱਚਖੰਡ ਸ਼੍ਰੀ ਮੰਦਰ ਸਾਹਿਬ ਜਾਂਦੇ ਹਾਂ ਤਾਂ ਸਾਡਾ ਬਾਪੂ ਦੱਸ ਦਿੰਦਾ ਸੀ ਕਿ ਉਹ ਦਰਵਾਜ਼ੇ ਨੇ ਜਿਹੜੇ ਸੱਚਖੰਡ ਸ਼੍ਰੀ ਮੰਦਰ ਜਿਹੜੇ ਕਿ ਮੁਗਲ ਜਿਹੜੇ ਲੁੱਟ ਕੇ ਲਿਜਾ ਰਹੇ ਸੋਮਨਾਥ ਦੇ ਮੰਦਰ ਤੋਂ, ਅਤੇ ਸਿੰਘਾਂ ਨੇ ਖੋਹ ਕੇ, ਅਤੇ ਜਿਹੜਾ ਉਸ ਮੌਕੇ ਜਿਹੜੇ ਪੰਡਿਤ ਸੀ ਉਹਨਾਂ ਨੂੰ ਕਿਹਾ ਸੀ ਕਿ ਇਹ ਦਰਵਾਜ਼ੇ ਲਾ ਲਓ, ਉਹ ਕਹਿੰਦੇ ਨਹੀਂ ਜੀ ਇਹ ਦਰਵਾਜ਼ੇ ਪਿੱਟੇ ਗਏ ਆ, ਅਸੀਂ ਨਹੀਂ ਲਾਉਣੇ। ਉਹ ਦਰਵਾਜ਼ੇ ਜਿਹੜੇ ਸੀ ਸੱਚਖੰਡ ਸ਼੍ਰੀ ਮੰਦਰ ਸਾਹਿਬ ਦਰਸ਼ਨ ਜੋੜੀਆਂ ਲੱਗੇ, ਪਰ ਸੇਵਾ ਦੇ ਨਾਂ 'ਤੇ ਉਹ ਦਰਵਾਜ਼ੇ ਲਾਏ ਗਏ ਨੇ, ਹਜੇ ਤੱਕ ਉਹ ਦਰਵਾਜ਼ੇ ਲੱਗੇ ਨਹੀਂ। ਉਹ ਦਰਵਾਜ਼ੇ ਲੱਗਣੇ ਚਾਹੀਦੇ ਨੇ ਕਿ ਉਹ ਪੁਰਾਣੀਆਂ ਵਿਰਾਸਤਾਂ ਸਾਡੀਆਂ, ਇਹ ਸੱਚਖੰਡ ਸ਼੍ਰੀ ਮੰਦਰ ਸਾਹਿਬ ਦਾ ਜਿਹੜੇ ਦਰਵਾਜ਼ੇ ਜਿਹੜੇ ਸੇਵਾ ਦੇ ਨਾਂ 'ਤੇ ਲਾਏ ਆ ਹਜੇ ਤੱਕ ਲੱਗੇ ਨਹੀਂ। ਉਹ ਦਰਵਾਜ਼ੇ ਵੀ ਲੱਗਣੇ ਚਾਹੀਦੇ, ਜੇ ਵਿਰਾਸਤਾਂ ਕਾਇਮ ਰੱਖਣੀਆਂ ਹੈ ਤਾਂ ਵੀ ਵਿਰਾਸਤ ਜਿਹੜੀ ਹੈ ਇਹ ਕਾਮਯਾਬ ਰਹਿਣੀ ਚਾਹੀਦੀ, ਉਹ ਦਰਵਾਜ਼ੇ ਲੱਗਣੇ ਚਾਹੀਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਦਰਵਾਜ਼ੇ ਦਾ ਫਿਰ ਦੋਸ਼ ਕਿਹਨੂੰ ਦਿੰਦੇ ਆ? ਦਰਵਾਜ਼ਾ ਰੋਜ਼ ਸਮਝਾ ਸਾ ਦਿਨ ਕੋ ਰਹਿਨਮਾ ਹੋ ਰਾਵਣ ਮੰਨ ਗਏ, ਅੱਜ ਦਰਵਾਜ਼ਾ ਦੋਸ਼ ਅਸੀਂ ਦਿੰਦੇ ਹਾਂ। ਸਾਡੀ ਖਾਸ ਕਰਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਜਿਹੜਾ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦੀ ਆ, ਪਰ ਉਹ ਸਿੱਖਾਂ ਦੇ ਹਿੱਤਾਂ ਦੀ ਨਹੀਂ, ਉਹ ਆਪਣੇ ਵੱਡੀਆਂ ਵੱਡੀਆਂ ਜਿਹੜੀਆਂ ਨੇ ਲਾਗੇ ਜਿੰਨੇ ਹੋਟਲ ਨੇ ਸਾਰੇ ਲੀਡਰਾਂ ਦੇ ਨੇ, ਹੋਟਲ ਸਾਰੇ ਬੁੱਕ ਰਹਿੰਦੇ ਨੇ, ਅਤੇ ਸਰਾਂ ਜਿਹੜੀ ਹੈ ਕਿਸੇ ਗਰੀਬ ਬੰਦੇ ਨੂੰ ਸਰਾਂ ਨਹੀਂ ਮਿਲਦੀ, ਸਰਾਂ ਮਿਲ ਲਈ ਸ਼ਿਫਾਰਸ਼ੀ ਬੰਦੇ ਨੂੰ, ਆਮ ਬੰਦੇ ਨੂੰ ਸਰਾਂ ਨਹੀਂ ਮਿਲਦੀ ਪਈ। ਅਗਰ ਸਿੱਖੀ ਦਾ ਪ੍ਰਚਾਰਕ ਹੋਵੇ ਬਾਹਰੋਂ ਆਈਆਂ ਸੰਗਤਾਂ ਵਾਸਤੇ ਸਰਾਵਾਂ ਮਿਲਣੇ ਚਾਹੁੰਦੇ ਨੇ, ਹੋਟਲ ਜਿੰਨੇ ਨੇ ਸਾਰੇ ਲੀਡਰਾਂ ਦੇ ਨੇ, ਅਤੇ ਹੋਟਲ ਜਿਹੜੇ ਨੇ ਬੁੱਕ ਰਹਿੰਦੇ ਨੇ, ਸਰਾਵਾਂ ਜਿਹੜੀਆਂ ਨੇ ਖਾਲੀ ਰਹਿੰਦੀਆਂ ਨੇ। ਇਸ ਵੇਲੇ ਜਿਹੜੇ ਬੜੇ ਕਸੂਝਵਾਨ ਸਾਡੇ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਸਾਹਿਬ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜੇ ਲਾਗੇ ਜਿਹੜੇ ਹੋਟਲ ਨੇ ਉਹਨਾਂ ਦੇ ਨੱਥ ਪਾਈ ਜਾਵੇ, ਸਰਾਵਾਂ ਜਿਹੜੀਆਂ ਨੇ ਜਿਹੜੀਆਂ ਬਾਹਰੋਂ ਸੰਗਤਾਂ ਹਨ, ਭਾਵੇਂ ਕੋਈ ਵੀ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਕਿਸੇ ਨੂੰ ਹੋਵੇ, ਉਹਨੂੰ ਸਰਾਵਾਂ ਮਿਲਣੀਆਂ ਚਾਹੀਦੀਆਂ ਨੇ, ਨਾ ਕਿ ਹੋਟਲਾਂ ਦੀਆਂ, ਕਿਉਂ ਅੰਦਰ ਖਾਤੇ ਉਹਨਾਂ ਦੀਆਂ ਗੱਲਬਾਤ ਹੈਗੀ ਵੀ ਉੱਥੇ ਚਲ ਜਾਓ, ਉੱਥੇ ਕਮਰਾ ਲੈ ਲਓ, ਤੁਹਾਨੂੰ ਉੱਥੇ ਕਮਰਾ ਮਿਲ ਜੂਗਾ, ਲੇਕਿਨ ਸਰਾਵਾਂ ਵਿੱਚ ਕਮਰੇ ਨਹੀਂ ਮਿਲਦੇ, ਹੋਟਲਾਂ ਵਿੱਚ ਕਮਰੇ ਸਾਰੇ ਬੁੱਕ ਰਹਿੰਦੇ ਨੇ।